ਆਪਾਂ ਤਾਂ ਭੱਜ ਕੇ ਲਾ ਓਏ। ਹੁਣ ਇਹਦੇ ਵਿੱਚ ਹੋਰ ਲਾਉਣਾ। ਚੱਲ ਚੰਗਾ ਆਇਆ ਸੀ ਸੁਬਹ, ਫਿਰ ਉੱਡ ਉੱਡ ਗਿਆ। ਕਰ ਲਾ ਪਹਿਲਾਂ ਹੱਥ ਗਿਰ ਕੋ ਜੋੜ ਖੁੱਲਣ। ਪੈ ਗਈ ਨਾ, ਹਾਂਜੀ, ਇਹ ਉੱਤੋਂ ਸਖਤ ਹੋ ਗਈ। ਹਾਂਜੀ, ਇਹ ਨਰਮ ਹੋਏਗੀ ਤੇ ਕਪਾਹ ਜੰਮੇਗੀ, ਵਰਨਾ ਨਹੀਂ ਜੰਮੇਗੀ। ਠੀਕ, ਹਾਂ ਜਾ ਨਾ, ਕਪਾਹ ਦਾ ਪਤਾ ਹੁੰਦਾ ਨਰਮ, ਇਹ ਨਹੀਂ ਜੰਮੇਗੀ ਜੇ ਇਹ ਨਾ ਮਾਰੀਏ ਤੇ, ਫਿਰ ਦੁਬਾਰਾ ਬੀਜਣੀ ਪੈ ਗਈ ਸਾਨੂੰ। ਠੀਕ, ਹਾਂ, ਇਹਨੂੰ ਉੱਤੋਂ ਜਗ੍ਹਾ ਪੋਲੀ ਕਰ ਗਈ ਨਾ, ਇਹ ਜੰਮ ਆਏਗੀ। ਇਹ ਜੋ ਜ਼ਮੀਨ ਹੈ, ਯਹਾਂ ਸੇ ਉਹਨਾਂ ਨੇ ਪਹਿਲੇ ਸਰਸੋਂ ਜੋ ਹੈ ਵੋ ਲਗਾਈ ਹੋਈ ਥੀ, ਵੋ ਕਾਟ ਲਈ ਹੈ। ਠੀਕ ਹੈ, ਅਬ ਯੇ ਵਾਲਾ ਜੋ ਰੇਡੂ ਇਸ ਮੇਂ ਚਲਾ ਰਹੇ ਹੈਂ, ਇਸਕਾ ਮਕਸਦ ਯੇ ਹੈ ਕਿ ਇਸ ਜ਼ਮੀਨ ਕੇ ਅੰਦਰ ਜੋ ਹੈ ਇਹਨਾਂ ਨੇ ਅਬ ਕਪਾਸ ਲਗਾਈ ਹੋਈ ਹੈ। ਠੀਕ ਹੈ, ਜੋ ਕਾਟਨ ਹੋਤੀ ਹੈ, ਅਬ ਯੇ ਵਾਲੀ ਜੋ ਲਾਈਨੇ ਹੈ ਆਪਕੋ ਨਜ਼ਰ ਆ ਰਹੀ ਹੈ, ਠੀਕ ਹੈ, ਇਨਕੇ ਅੰਦਰ ਹੈ ਕਪਾਸ ਕਾ ਬੀਜ। ਠੀਕ ਹੈ, ਵੋ ਕਿਉਂਕਿ ਅਭੀ ਜੋ ਹੈ ਉਸਨੇ ਸਟਾਰਟ ਲੈਣਾ ਹੈ, ਅਭੀ ਉਸਨੇ ਉਗਨਾ ਸ਼ੁਰੂ ਕਰਨਾ ਹੈ, ਤੋ ਇਸ ਲਈ ਇਸਕੇ ਉੱਪਰ ਚਲਾ ਰਹੇ ਤਾਂ ਕਿ ਮੱਟੀ ਜੋ ਹੈ ਵੋ ਨਰਮ ਹੋ ਜਾਏ, ਕਿਉਂਕਿ ਐਸੀ ਅਗਰ ਯੇ ਦੇਖੇ ਮੱਟੀ ਸਖਤ ਹੋ ਗਈ, ਉਸਕੇ ਅੰਦਰ ਸੇ ਜੋ ਹੈ ਕਪਾਸ ਕਾ ਪੌਦਾ ਜਲਦੀ ਨਹੀਂ ਨਿਕਲ ਪਾਏਗਾ, ਤੋ ਇਸ ਲਈ ਵੋ ਉਸਕੇ ਉੱਪਰ ਉੱਪਰ ਚਲਾ ਰਹੇ ਹੈ, ਤਾਂ ਕਿ ਮੱਟੀ ਜੋ ਹੈ ਵੋ ਇਨ ਲਾਈਨੋ ਕੇ ਅੰਦਰ ਜਹਾਂ ਪੇ ਬੀਜ ਹੈ ਵਹਾਂ ਸੇ ਮੱਟੀ ਨਰਮ ਹੋ ਜਾਏਗੀ ਉਸਕੇ ਉੱਪਰ ਸੇ ਬੀਜ ਸੇ, ਔਰ ਬੀਜ ਜੋ ਹੈ ਵੋ ਬੜੀ ਆਸਾਨੀ ਕੇ ਸਾਥ ਜੋ ਹੈ ਵੋ ਫਿਰ ਨਸ਼ੁਨਮਾ ਕਰੇਗਾ। ਇਹ ਭਾਈ ਅਬ ਯਹੀ ਕਾਮ ਕਰ ਰਹੇ ਹੈਂ। ਠੀਕ ਹੈ, ਇਹ ਸਾਰੀ ਜ਼ਮੀਨ ਜੋ ਹੈ ਯਹਾਂ ਸੇ, ਇਹ ਵਾਲੇ ਜੋ ਦਰਖਤ ਹੈ ਯਹਾਂ ਸੇ ਲੇਕਰ, ਔਰ ਯੇ ਵਾਲਾ ਜੋ ਆਪਕੋ ਯੇ ਪੌਦਾ ਨਜ਼ਰ ਆ ਰਿਹਾ, ਇਸੇ ਤਕਰੀਬਨ ਥੋੜ੍ਹਾ ਸਾ ਔਰ ਰਾਈਟ ਸਾਈਡ ਪੇ, ਠੀਕ ਹੈ, ਵਹਾਂ ਵੋ ਜੋ ਸਾਹਮਣੇ ਪੌਦੇ ਹੈ ਵਹਾਂ ਸੇ ਲੇਕਰ ਯਹਾਂ ਤੱਕ ਜੋ ਹੈ ਯੇ ਸਾਰੀ ਜ਼ਮੀਨ ਉਹਨੇ ਮਤਲਬ ਖੁਦ ਹੀ ਅਬ ਹੱਥ ਸੇ ਹੀ ਕਰਨਾ ਹੈ। ਦੋਨੋਂ ਯੇ ਲੱਗੇ ਹੋਏ ਹੈ ਦੋ ਬੰਦੇ।